ਅਸਲਾਮ ਵਾਲੇਕੁਮ ਗਾਜ, ਤੁਹਾਡਾ ਆਪਣਾ ਭਰਾ ਪੇਂਡੂ ਵਲੋਗਰ, ਅਤੇ ਅੱਜ ਆਪਣੇ ਨਾਲ ਮੌਜੂਦ ਹੈ ਆਪਣਾ ਮੈਂਬਰ ਵਿਕਾਸ ਭਾਈ, ਅਤੇ ਅਸੀਂ ਅੱਜ ਜਾ ਰਹੇ ਹਾਂ, ਇੱਧਰ ਇੱਕ ਬਾਗ ਹੈ ਬੜਾ ਮਸ਼ਹੂਰ, ਉੱਧਰ ਜਾ ਰਹੇ ਹਾਂ, ਉੱਧਰ ਦਾ ਤੁਹਾਨੂੰ ਵਿਊ ਦਿਖਾਉਂਦੇ ਹਾਂ। ਚੱਲ ਯਾਰ ਵਿਕਾਸ, ਮੋਟਰਸਾਈਕਲ ਨੂੰ ਮਾਰ ਕੇ ਇੱਕ, ਅਸੀਂ ਅੱਜ ਜਾ ਰਹੇ ਹਾਂ, ਤੁਹਾਨੂੰ ਬੜਾ ਪਿਆਰਾ ਮਾਹੌਲ ਹੈ ਉੱਥੇ ਦਾ, ਬਾਗ ਦਾ ਅੰਬ ਸ਼ੰਬ ਲੱਗੇ ਨੇ, ਅਤੇ ਵਿਕਾਸ ਭਾਈ ਬੋਤਲ ਬਣਾਉਣੀ ਆ ਅੱਜ, ਇਨਸ਼ਾ ਅੱਲਾ ਭਰਾ ਨੂੰ ਬੋਤਲ ਪਿਲਾਵਾਂਗੇ, ਅੱਗੇ ਨਾ ਕੋਈ ਟੱਕਰ ਜਾਵੇ, ਬੋਤਲ ਬਹੁਤ ਆ ਅੱਗੇ, ਤੁਸੀਂ ਕੋਈ ਪਤਾ ਹੁੰਦਾ ਕਿਹੜੇ ਬੈਠੇ ਹੋਣ ਕਿਹੜੇ ਨਾ ਬੈਠੇ ਹੋਣ, ਹਰ ਬੰਦਾ ਹੀ ਤਾਂ ਤੁਹਾਨੂੰ ਪਤਾ ਹੈ। ਕੋਈ ਗੱਲ ਨਹੀਂ, ਚਲੋ ਜਾ ਰਹੇ ਹਾਂ, ਅੱਲਾ ਖੈਰ ਕਰੇ ਮਾਨੇ ਤੁਹਾਨੂੰ। ਯਾਰ ਮੌਸਮ ਯਾਰ ਬੜਾ ਪਿਆਰਾ ਹੋਇਆ, ਮੌਸਮ ਦਾ ਦੁਕਾਨ 'ਤੇ ਜਾ ਰਹੇ ਹਾਂ ਭਾਈ, ਜਿਹੜੀ ਦਿਲ ਕਰੇ ਪਲਾ ਤੂੰ ਪਲਾ ਦੇ, ਅੱਜ ਇੱਕ ਜੇਬ ਚ ਖਰਚਾ ਕਰ ਰਿਹਾ ਵਿਕਾਸ ਭਾਈ ਆਪਣਾ, ਵੈਸੇ ਰਜਨੀ ਨੀ ਗੀ, ਜਲਦੀ ਕਰ ਜਲਦੀ ਕਰ, ਟਾਈਮ ਘੱਟ ਹੈ, ਚੱਲ ਛੇਤੀ ਜਾਣ ਦੇ। ਉਹ ਜੀ ਆਪਣੇ ਭਰਾ ਨੇ ਆ ਬੋਤਲ ਲੈ ਲਈ ਹੈ ਚਾਚੇ ਕੋ, ਆ ਬੋਤਲ ਕੋਕ ਹੈ, ਕੋਕ ਪੀਤੀ ਹੋਣੀ ਹੈ ਤੁਸੀਂ ਵੀ ਸ਼ਾਇਦ ਕਦੀ ਕਿਤੇ, ਅਤੇ ਆ ਆਪਣੇ ਪਿੰਡ ਦਾ ਮਾਹੌਲ ਹੈ, ਫੁੱਲ ਮੌਸਮ ਚੰਗਾ ਭਲਾ, ਆਪਣਾ ਪਿੰਡ ਹੀ ਹੈ ਸਾਰਾ, ਉਹ ਦੂਰ ਦੂਰ ਤੱਕ ਸਾਰਾ ਆਪਣਾ ਪਿੰਡ ਹੈ, ਠੀਕ ਹੈ। ਆ ਆਪਣੀ ਹੋਂਡਾ ਸਿਵਿਕ ਹੈ, ਹੋਂਡਾ ਸਿਵਿਕ, ਚੱਲ ਯਾਰ ਜਲਦੀ ਕਰ, ਚੱਲ ਸਟਾਰਟ ਮਾਰ, ਲਓ ਗਲਾਸ ਦੇ ਗਲਾਸ, ਜਾਣੇ ਦੇ ਜਾਣੇ ਦੇ, ਕਿ ਕਮਾਲ ਨਾ ਬਹਿ ਵੀ ਜਾਣਾ, ਉਹ ਧਿਆਨ ਨਾ ਸਿੱਟ ਨਾ ਦੇਵੇ,
ਸੋਹਣਾ ਨਹੀਂ ਪਾਇ ਚੰਨ ਬਹੁਤ ਸੋਹਣਾ ਆ ਬਾਗ ਦਾ ਸ਼ੁਰੂਆਤ ਏ ਤੁਹਾਨੂੰ ਆਪਾਂ ਬਾਗ ਘੁਮਾਉਂਦੇ ਹਾਂ ਤੇ ਬਾਗ 'ਚ 12 ਬੰਦੇ ਵੀ ਦਿਖਾਉਂਦੇ ਹਾਂ ਸਾਹਮਣੇ ਕੁਛ ਕਰ ਰਹੇ ਨੇ ਤੁਹਾਨੂੰ ਲਾਗੇ ਜਾ ਕੇ ਦਿਖਾਉਂਦੇ ਆ ਕੀ ਕਰ ਰਹੇ ਨੇ ਸਾਹਮਣੇ ਭਾਈ ਖੜਾ ਪੁੱਛ ਰਹੇ ਆ ਭਾਈ ਕੋ ਜਾਣ ਦਿਓ ਹਾਂ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਉਸਤਾਦ ਜੀ ਕੀ ਹਾਲ ਚਾਲ ਹੈ ਠੀਕ ਠੀਕ ਹੋ ਮਜ਼ੇ ਆ ਉਸਤਾਦ ਜੀ ਬੋਤਲ ਸ਼ੋਤਲ ਪਲਾਈਏ ਕੋਈ ਭਰਾ ਨੂੰ ਬੋਤਲ ਪੀਨੇ ਆ ਯਾਰ ਇੱਥੇ ਬੰਦੇ ਦੋ ਗਏ ਆ ਉਹ ਨਹੀਂ ਲੱਭਣ ਦੇ ਸਾਨੂੰ ਕਿੱਧਰ ਚਲੇ ਗਏ ਯਾਰ ਕਿੱਥੇ ਗਏ ਬੰਦੇ ਯਾਰ ਇੱਥੋਂ ਅੰਬ ਤੋੜਦੇ ਪਏ ਹਨ ਹਾਂ ਮੈਂ ਆਖਿਆ ਪਤਾ ਕੀਤਾ ਤੋ ਇਹ ਹਿੰਕ ਨੂੰ ਬਚ ਗਏ ਨੇ ਅੰਬ ਮਿਲਾ ਤਾਂ ਅੰਬਾਂ ਦਾ ਮੌਸਮ ਨਹੀਂ ਵੀ ਹੋਰ ਚੱਕਰ ਹੋਣਾ ਚਲੋ ਦੇਖਦੇ ਆ ਛੋਟੇ ਛੋਟੀਆਂ ਅੰਬੀਆਂ ਲੱਗੀਆਂ ਨੇ ਹਾਂਜੀ ਹਾਂਜੀ ਇਹ ਛੋਟੇ ਛੋਟੇ ਹਜੇ ਬੂਰ ਲੱਗੇ ਨੇ ਤੇ ਆਮ ਪਿੱਛੇ ਪੈ ਗਈ ਹੈ ਥੋੜਾ ਵੱਡੇ ਤੇ ਹੋਣੀ ਬੰਦੇ ਖਾਣੇ ਹੀ ਹੈ ਖਾਣ ਵਾਲੀ ਚੀਜ਼ ਹੈ ਖਾਣ ਵਾਲੀ ਚੀਜ਼ ਹੈ ਬੰਦੇ ਕੋ ਯਾਰ ਵੱਡੇ ਤੇ ਥੀਵਣ ਦੇਣ ਪੱਕਣ ਦੇ ਬੰਦੇ ਫਸਲ ਦੇ ਵਿੱਚ ਵੜਨ ਇਹਦੇ ਨੂੰ ਬਚ ਕੇ ਗਏ ਨੇ ਪਤਾ ਨਹੀਂ ਅੱਗੇ ਦਾ ਲੱਭੋ ਕੀ ਪਏ ਨੇ ਅੰਬ ਤੋੜਦੇ ਪਏ ਨੇ ਅੰਬ ਤੋੜਦੇ ਪਏ ਨੇ ਅੰਬ ਲੰਬ ਅੰਬ ਅੰਬ ਯਾਰ ਅੰਬ ਲੱਗੇ ਤੇ ਹੈ ਨਹੀਂ ਛੋਟੇ ਛੋਟੇ ਅੰਬ ਯਾਰ ਅਜੇ ਛੋਟੇ ਛੋਟੇ ਹੈ ਨਾ ਇਸ ਵਾਸਤੇ ਤੇ ਮਨਾ ਕਰਦੇ ਪਏ ਨੇ ਬੱਚੇ ਲੱਗੇ ਨੇ ਅੰਬ ਦੇ ਅੰਬ ਇੱਡੇ ਲੱਗੇ ਤੇ ਖਾਸ ਕੋਈ ਨਹੀਂ ਹੈ ਓਏ ਲੱਗ ਜਾਣਗੇ ਨਾ ਬਚਣਗੇ ਤੇ ਵੱਡੇ ਹੋਣਗੇ ਨਾ ਫੇਰ ਹੀ ਖਾਵਾਂਗੇ ਨਾ ਅੱਛਾ 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 ਹਾਂ ਚਲੋ ਕੋਈ ਨਾ ਕੋਈ ਵਸੀਲਾ ਹੀਲਾ ਵਸੀਲਾ ਉਹਨਾਂ ਦਾ ਬਣਿਆ ਹੋਣਾ ਬੰਦੇ ਲੱਗਦਾ ਇੱਥੇ ਹੀ ਹੈ ਬੰਦੇ ਵਿੱਚ ਵੜੇ ਹੋਣ ਬਲਾ ਹਾਂ ਹਾਂ ਯਾਰ ਬੰਦੇ ਉਸਤਾਦ ਜੀ ਵੱਡੇ ਵਿੱਚ ਨੇ ਇੱਧਰ ਲੈ ਕੇ ਆਓ ਇੱਧਰ ਲੈ ਕੇ ਆਓ ਬੰਦੇ ਮੈਨੂੰ ਨਜ਼ਰ ਆ ਰਹੇ ਨੇ ਬੰਦੇ ਲੱਭਣੇ ਪੈਣੇ ਤੁਹਾਨੂੰ ਬੰਦੇ ਦਿਖਾਉਂਦੇ ਆ ਬੰਦੇ ਲੱਭਣੇ ਪੈਣੇ ਬੰਦੇ ਇਹ ਬੰਦੇ ਹੈ ਕਿੱਥੇ ਕਰੇ ਜਿੱਥੇ ਤੀਕਰ ਮੇਰਾ ਖਿਆਲ ਬੰਦੇ ਉਹ ਜਾ ਰਹੇ ਨੇ ਭਾਈ ਜਾਨ ਦੇਖੂਆਂਗੇ ਬੰਦੇ ਉਹੀ ਨੇ ਇੱਧਰ ਓਏ ਇੱਧਰ ਆਓ ਭਾਈ ਜਾਨ ਇੱਧਰ ਆਓ ਲਓ ਜੀ ਬੰਦੇ ਤਾਂ ਆਪਾਂ ਨੂੰ ਲੱਗਦਾ ਲੱਭ ਗਏ ਨੇ ਪਰ ਮਜ਼ੀਦ ਇਹ ਲੱਗੇ ਆ ਕਿ ਪੁੱਛਦੇ ਆ ਇਹਨਾਂ ਕੋ ਇਹਨਾਂ ਕੋ ਹਾਲ ਵਾਲ ਕਰਦੇ ਹਾਲ ਵਾਲ ਇਹਨਾਂ ਦਾ ਕਰਦੇ ਆ ਇਹੀ ਆ ਜਾਂ ਹੋਰ ਆ ਮਜ਼ੀਦ ਦੇਖਦੇ ਆ ਤੇ ਬੰਦਿਆਂ ਨੂੰ ਫੜ ਕੇ ਨਾ ਬੰਦਾ ਕਿੱਕਰ ਨਾ ਬੰਨ ਕੇ ਲੋਂਡੇਬਾਜ਼ੀ ਕਰੇ ਇਹਨਾਂ ਨਾਲ ਮਜ਼ੀਦ ਇਹ ਲੱਗੇ ਆਉਂਦੇ ਨੇ ਦੇਖਦੇ ਆ ਕੀ ਕਹਿੰਦੇ ਨੇ ਆਪਣੇ ਭਰਾ ਸਾਰੇ ਖੜੇ ਨੇ ਬਸ ਲੱਗਦਾ ਇਹ ਆ ਕਿ ਆਪਾਂ ਜਿਹੜੀ ਲੀਟਰ ਦੀ ਬੋਤਲ ਲਿਆਂਦੀ ਆ ਨਾ ਸਹੀਦ ਬਾਈ ਉਹ ਨਹੀਂ ਬਚਦੀ ਕੋਈ ਨਹੀਂ ਯਾਰ ਬੰਦੇ ਬਹੁਤ ਹੋ ਰਹੇ ਨੇ ਆਹੀ ਬੰਦੇ ਨੇ ਭਾਏ ਨਾ ਇਹੀ ਲੱਗਦੇ ਆ ਪੁੱਛਦੇ ਆ ਆਪਸ ਦੀ ਗੱਲ ਹੈ ਅਸੀਂ ਕਿਥੋਂ ਦੇ ਆ ਕੇ ਖੜੇ ਆ ਬੰਦੇ ਤੇ ਦੋ ਨਜ਼ਰ ਨਹੀਂ ਆਏ ਤੁਸੀਂ ਦੋ ਨਜ਼ਰ ਆਏ ਹੋ ਯਾਰ ਅਸੀਂ ਨਾ ਉੱਥੇ ਖੜੇ ਸੀਗੇ ਠੀਕ ਆ ਦੋ ਬੰਦੇ ਇੱਧਰ ਨੂੰ ਨਸੇ ਗਏ ਅਸੀਂ ਉਹਨਾਂ ਦੇ ਪਿੱਛੇ ਗਏ ਆ ਤੇ ਉਹ ਪਤਾ ਨਹੀਂ ਕਿੱਥੇ ਨਿਕਲ ਗਏ ਯਾਰ ਭਾਈ ਹੈ ਨਾ ਇਹ ਝਗੜਾ ਕੀਤਾ ਸੀਗਾ ਨਜ਼ਰ ਰੱਖੀ ਇੱਧਰ ਆਇਆ ਯਾਰ ਉਹ ਭਾਈ ਕਹਿ ਰਹੇ ਨੇ ਤੁਸੀਂ ਬੜੇ ਹੋ ਯਾਰ ਅਸੀਂ ਨਹੀਂ ਬੜੇ ਸਾਡੀ ਗੱਲ ਸਮਝਦਾ ਨਹੀਂ ਪਿਆ ਯਾਰ ਗੱਲ ਐਵੇਂ ਕਿਵੇਂ ਸਮਝ ਲਈ ਤੁਸੀਂ ਗੈਰ ਦੇ ਬਾਗ 'ਚ ਵੜੇ ਹੋ ਅੰਬੀਆਂ ਲੱਗੀਆਂ ਨੇ ਜਿਹੜੀਆਂ ਅੰਬੀਆਂ ਤੋੜਨੀਆਂ ਤੁਸੀਂ ਯਾਰ ਅਸੀਂ ਅੰਬੀਆਂ ਕੀ ਕਰਨੀਆਂ ਵਾ ਸਾਡੇ ਘਰ ਭਾਈ ਜਾਨ ਗੱਲ ਸੁਣੋ ਜਦੋਂ ਅਸੀਂ ਆਏ ਆ ਉਹ ਪਕਾਇਣ ਇਕੱਲੇ ਖੜੇ ਸੀ ਕਹਿ ਰਹੇ ਸੀ ਦੋ ਮੁੰਡੇ ਵੜੇ ਨੇ ਫਸਲਾਂ 'ਚ ਕੋਈ ਨੁਕਸਾਨ ਕਰ ਰਹੇ ਸੀ ਕੀ ਨੁਕਸਾਨ ਕਰ ਰਹੇ ਤੁਸੀਂ ਯਾਰ ਉਹ ਤਾਂ ਸਾਨੂੰ ਵੀ ਨਹੀਂ ਪਤਾ ਕੀ ਕਰ ਰਹੇ ਸੀ ਅਸੀਂ ਸਿਰਫ ਉਹਨਾਂ ਲੱਭਣ ਗਏ ਸੀ ਅਸੀਂ ਕੋਈ ਚੀਜ਼ ਤੋੜਨ ਨਹੀਂ ਯਾਰ ਗੱਲ ਮੁੱਕ ਗਈ ਯਾਰ ਇੱਕ ਮਿੰਟ ਤੂੰ ਥੋੜਾ ਸਾ ਕੀ ਹੋਇਆ ਤੂੰ ਥੋੜਾ ਸਾ ਓਵਰ ਟਾਈਮ ਮੁੰਡਾ ਲੱਗਦਾ ਪਿਆ ਵਾ ਪੇਂਡੂ 'ਚ ਮੈਂ ਕਹਿੰਦਾ ਪਿਆ ਵਾ ਭਾਵੇਂ ਤੁਸੀਂ ਦੱਸੋ ਹਾਂ ਤੁਸੀਂ ਸੋਚ ਸਾਚ ਦੱਸੋ ਬੰਦਾ ਜੋ ਕਹਿ ਰਿਹਾ ਤੁਹਾਨੂੰ ਸਹੀ ਕਹਿ ਰਿਹਾ ਤੁਸੀਂ ਗੱਲ ਤੇ ਮੰਨ ਯਾਰ ਆ ਗੱਲ ਦਾ ਤੁਸੀਂ ਵੀ ਨਾਰਾ ਲਗੇ ਉਹ ਸਰ ਦੋ ਬੰਦੇ ਗਏ ਸੀ ਅਸੀਂ ਉਹਨਾਂ ਦੇ ਮਗਰ ਗਏ ਨੇ ਭਾਈ ਜਾਨ ਮਗਰ ਕੀ ਕਰਨਗੇ ਉਹ ਯਾਰ ਆ ਜਾਓ ਆ ਜਾਓ ਤੁਹਾਨੂੰ ਦਿਖਾ ਰਹੇ ਆ ਆਪ ਤੁਹਾਨੂੰ ਬਾਗ ਦਿਖਾ ਰਹੇ ਆ ਅਸੀਂ ਯਾਰ ਚੱਲ ਰਿਹਾ ਹੈ ਵਿਊ ਵਿਖਾਉਣ ਆਏ ਸੀਗੇ ਆਪਣੇ ਵਲੌਗਰਾਂ ਨੂੰ ਵਿਊ ਤੇ ਆਪਾਂ ਕਹਿੰਦੇ ਨਹੀਂਗੇ ਆਪਾਂ ਹੈਗੇ ਪੇਂਡੂ ਜੇ ਤੁਹਾਨੂੰ ਮਾਹੌਲ ਦਿਖਾਉਂਦੇ ਆ ਮਾਹੌਲ
ਆਹ ਉਹ ਦੋ ਬੰਦੇ ਨੇ ਜਿਹੜੇ ਆਪਾਂ ਵਿੱਚੋਂ ਕੱਢੇ ਨੇ ਸਦਾ ਬਹਾਰ ਪੱਠਿਆਂ ਚੋਂ, ਮਨ ਤੇ ਰਹੇ ਨਹੀਂ ਹੈਗੇ, ਫਿਰ ਵੀ ਇਹਨੂੰ ਕੋਸ਼ਿਸ਼ ਕਰਾਂਗੇ ਮਨਾਉਣ ਦੀ। ਆਪਾਂ ਬੋਤਲ ਲੈ ਕੇ ਆਏ ਯਾਰ ਭਾਈ, ਖੁਰਾ ਮੈਂ ਬੋਤਲ ਪੀਣੀ ਹੈ ਤਾਂ ਕੋਈ ਨਹੀਂ ਬੋਤਲ ਪੀ। ਉਹ ਭਾਈ ਜਾਨ ਉਹ ਇੱਕ ਤਾਂ ਤੁਸੀਂ ਸੀਨਾ ਚੋਰੀ ਕੀਤੀ, ਉਹ ਤੂੰ ਬੋਤਲ ਖੋ ਕੇ ਨੱਟ ਕੇ ਵਾਪਸ ਆਓ। ਆਹ ਸੱਸੀ ਆਪ ਆਪਣੇ ਦੋਵਾਂ ਵਾਸਤੇ ਲਿਆਉਂਦੀ, ਤੁਸੀਂ ਤਿੰਨ ਚਾਰ ਜਣੇ ਅੱਗੇ ਟੱਕਰ ਗਏ, ਕੋਟ ਤੁਹਾਨੂੰ ਅੱਗੇ ਲੱਭਣਾ ਹੈ। ਅਤੇ ਯਾਰ ਗਾਇਜ਼ ਤਾਂ ਦੇਖ ਸਕਦੇ ਹੋ ਤੁਸੀਂ, ਇਹ ਬੋਤਲ ਅੱਗੇ ਖੋ ਕੇ ਨੱਟ ਗਏ ਨੇ, ਅੱਗੇ ਦੋ ਜਣੇ ਆ ਅਤੇ ਬੋਤਲ ਲੀਟਰ ਦੀ ਆ, ਅਤੇ ਮਜ਼ੀਦ ਦੇਖੋ ਇਹ ਕੀ ਕਰਦੇ, ਸਾਨੂੰ ਵੀ ਪਤਾ ਪਿਲਾਉਂਦੇ ਆ ਕਿ ਨਹੀਂ ਪਿਲਾਉਂਦੇ, ਮਜ਼ੀਦ ਦੇਖਦੇ। ਚਲਾਓ ਯਾਰ ਆਓ, ਆ ਜਾਓ ਭਾਈ ਵਾਪਸ ਆ ਗਿਆ, ਕਹਿੰਦੇ ਰਲ ਕੇ ਬੋਤਲ ਪੀਂਦੇ ਆ ਸਾਰੇ। ਆ ਜਾ ਰਹੇ ਆ ਭਾਈ ਬੋਤਲ ਪੀਂਦੇ ਆ, ਅਤੇ ਮਜ਼ੀਦ ਅੱਗੇ ਦੇਖੋ ਕੀ ਕਹਿੰਦੇ ਨੇ। ਤੁਹਾਨੂੰ ਇਸਲਾਮਾਬਾਦ ਅੰਬੀਆਂ ਲੱਭੀਆਂ ਨੀ, ਇੱਥੋਂ ਲੱਭੀਆਂ ਨੇ, ਕੀ ਕਰੀਏ ਹੁਣ, ਮਹਿਮਾਨ ਇੱਥੇ ਆਏ ਨਾ ਬਣ ਕੇ ਯਾਰ, ਮਹਿਮਾਨ ਬਣ ਕੇ, ਮੇਰੀ ਮਾਸੀ ਦਾ ਬੇਟਾ ਮੈਂ ਉਹਦੇ ਨਾਲ, ਯਾਰ ਮਹਿਮਾਨ ਬਣ ਕੇ ਆਏ ਤੁਸੀਂ, ਫਿਰ ਮੰਨਣ ਵੀ ਨੀ ਨਾ ਦੇ ਹੈਗੇ, ਤੇ ਯਾਰ ਤੁਸੀਂ ਇੱਥੇ ਆ ਕੇ ਮੰਨੋ ਯਾਰ, ਅਸੀਂ ਅੰਬੀਆਂ ਤੋੜੀਆਂ ਨੇ ਯਾਰ, ਦੇਖਦੇ ਪਿਓ ਗਾਇਜ਼ ਭਾਈ ਇਸਲਾਮਾਬਾਦ ਤੋਂ ਆਇਆ ਹੈ ਆ ਕੇ ਇੱਥੋਂ ਸਾਡੇ ਸਾਦਕਾਬਾਦ ਚੋਂ ਟਿੱਬਾ ਜ਼ਹਿਰ ਪੀਰ 'ਚ ਬਾਗ ਆ ਖੂਬਸੂਰਤ ਜਿਹਾ, ਜਿਹ 'ਚੋਂ ਆ ਕੇ ਅੰਬੀਆਂ ਤੋੜਨ ਦੇ ਤਾਂ ਮੰਨਦੇ ਵੀ ਨਹੀਂ ਪਏ। ਚਲੋ ਕੋਈ ਨਹੀਂ, ਇਹਨਾਂ ਨਾਲ ਬਹਿ ਕੇ ਪਹਿਲਾਂ ਬੋਤਲ ਸ਼ੇਅਰ ਕਰਦੇ ਹਾਂ, ਜਿਹੜੀ ਘੁੱਟ ਘੁੱਟ ਆਉਂਦੀ ਆ ਉਹ ਬੋਤਲ ਪੀਂਦੇ ਹਾਂ। ਚਲੋ ਆਪਾਂ ਚੱਲਦੇ ਹਾਂ, ਬੈਠੇ ਨੇ ਇਕੱਠੇ ਹੋ ਕੇ, ਆਹ ਦੇਖ ਰਹੇ ਹੋ ਆ ਗਾਇਜ਼ ਦਾ ਬੋਤਲ ਪੀਣ ਵਾਸਤੇ ਇਕੱਠੇ ਹੋਏ ਨੇ, ਮੰਨਦੇ ਵੈਸੇ ਪਏ ਨਹੀਂ ਸੀਗੇ। ਚਲੋ ਫਿਰ ਵੀ ਮਜ਼ੀਦ ਦੇਖਦੇ ਹਾਂ ਭਾਈ, ਮੈਨੂੰ ਲੱਗਦਾ ਚਾਹ ਲੱਗਦੀ ਆਪਣੀ, ਇਹਨਾਂ ਨੇ ਵੀਡੀਓ ਵੇਖੀ ਹੋਣੀ, ਆਪਾਂ ਇੱਥੇ ਆਉਂਦੇ ਪਏ ਹਾਂ, ਪਹਿਲੇ ਆਹ ਬੰਦੇ ਤਾੜ ਕੇ ਬੈਠੇ ਹੋਣੇ ਨੇ, ਆਹ ਬੰਦਾ ਮੈਂ ਜਾਨ ਵੇਖਦਾ ਪਿਆ ਯਾਰ। ਚਲੋ ਛੱਡੋ ਗੱਲ, ਛੱਡੋ ਛੱਡੋ ਯਾਰ, ਬੋਤਲ ਪਾਓ ਯਾਰ, ਬੋਤਲ ਪਾਓ, ਬੋਤਲ ਪਾਓ, ਖਾਣ ਵਾਲੀ ਸ਼ੈ ਨੂੰ ਤਰਸਾਈਦਾ ਨਹੀਂ ਹੁੰਦਾ ਪੇਟ ਯਾਰ, ਯਾਰ ਤੁਸੀਂ ਬੋਤਲ ਬੋਤਲ, ਆਹ ਗਾਇਜ਼ ਦੇਖ ਰਹੇ ਹੋ, ਬੋਤਲ ਪੁੱਟੀ ਖੋਲੋ, ਆਹੜਾ ਬੰਦਾ ਹੈ, ਆਹ ਤਾਂ ਚਲੋ ਨਾ ਭਰਾ ਹੈ, ਉਹ ਦੋ ਬੰਦੇ ਦੂਰੋਂ ਆਏ ਨੇ ਤੇ ਆ ਕੇ ਸਾਡੇ ਇੱਥੇ ਬਾਗ ਚ ਕਰ ਰਹੇ ਨੇ, ਆਹ ਦੇਖ ਰਹੇ ਹੋ ਹਦਵਾਣਾ ਵੀ ਖਾਧਾ ਹੈ, ਇਹ ਵੀ ਲੱਗਦਾ ਅਸੀਂ ਬਾਗ ਚ ਤੋੜਿਆ ਹੋਇਆ ਹੈ, ਪਰ ਇਹਨਾਂ ਨੇ ਮੰਨਣਾ ਨੀ। ਆਹ ਦੇਖ ਲੋ ਆਹ ਬਾਈ ਹਨਾਨ ਦੇ ਤੇ ਬਾਈ ਅਰਫਾਨ ਸਾਹਿਬ ਹੀ ਨਾਮ ਆਪਣਾ, ਅਰਫਾਨ ਕੀ ਆ, ਫਰਹਾਨ ਸਾਹਿਬ, ਫਰਹਾਨ ਸਾਡਾ ਵੀ ਉਹ ਵੀ ਭਰਾ ਹੀ ਵਾਂਗੂ ਹੀ ਹੈ, ਪਰ ਹਾਲੇ ਜਿਹੜੇ ਕੰਮ ਕੀਤਾ ਹੈ ਉਹ ਭਰਾਵਾਂ ਵਾਲੇ ਨਹੀਂ। ਆਹ ਦੇਖੋ ਆਹ ਤੁਸੀਂ ਦੇਖ ਸਕਦੇ ਹੋ ਨਿੱਕੀਆਂ ਨਿੱਕੀਆਂ ਅੰਬੀਆਂ ਖਾਣ ਵਾਲੀਆਂ ਨੇ, ਨਾ ਇਹ ਅਚਾਰ 'ਚ ਕੰਮ ਆਉਣੀਆਂ ਅਤੇ ਨਾ ਇਹ ਜੂਸ ਦੇ, ਪਰ ਹਾਲੇ ਫਿਰ ਵੀ ਤੋੜ ਲਈਆਂ ਨੇ, ਮਜ਼ੀਦ ਇਹ ਮੰਨ ਜਾਣ। ਚਲੋ ਯਾਰ ਸਹੀਦ ਭਾਈ ਨਾਲ ਬੋਤਲ ਪਿਲਾਓ, ਸ਼ਾਇਦ ਬੋਤਲ ਪੀ ਕੇ ਫਿਰ ਮੰਨ ਜਾਣ। ਆਰਮੀ ਦਾ ਬੰਦਾ ਬਣਿਆ, ਬੋਤਲ ਪਿਆਓ, ਆਰਮੀ ਦਾ ਬੰਦਾ ਪੁੱਤ ਚੋਰੀ ਹੈ, ਆੜ ਨਾ ਅੰਬੀਆਂ ਤੋੜਨ ਵਾਲੀ ਚੋਰੀ ਹੈ, ਚੋਰ ਨੂੰ ਬੋਤਲ ਪਿਆ ਰਹੇ ਤੁਸੀਂ, ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ? ਬੋਤਲ ਸ਼ਾਇਦ ਅਸੀਂ ਕਿਆ ਕਹਿ ਰਹੇ, ਬੋਤਲ ਪੀ ਕੇ ਮੰਨ ਜਾਣ। ਆਹ ਦੇਖ ਲਓ ਵੈਸੇ ਬੈਠੇ ਦੇ ਅੰਬ ਥੱਲੇ ਨੇ, ਤੇ ਮਾਸ਼ਾ ਅੰਬੀਆਂ ਵੀ ਵੱਡੀਆਂ ਵੱਡੀਆਂ ਹੋ ਗਈਆਂ ਨੇ, ਮਜ਼ੀਦ ਦੇਖੋ ਕੀ ਕਰਦੇ ਨੇ। ਉਹ ਭਾਈ ਜਾਨ ਗੁਜ਼ਾਰਾ ਕਰੋ, ਇਹ ਤੁਸੀਂ ਸੋ ਸੋ ਨਹੀਂ ਪਾਇਆ, ਨਾ ਪੀਓ ਬੋਤਲ ਖੋ ਇਹਨਾਂ ਕੋਲ, ਇਹਨੂੰ ਲੈ ਕੇ ਜਾਣਾ ਪੈਣਾ ਸਾਈਡ ਤੇ, ਗੱਲ ਹੋਰ ਕੋਈ ਯਾਰ, ਵੈਸੇ ਆਪਸ ਦੀ ਗੱਲ ਆ ਗਾਈਜ਼, ਤੁਸੀਂ ਦੇਖ ਸਕਦੇ ਹੋ ਬੋਤਲ ਅਸੀਂ ਆਪਣੇ ਦੋਵਾਂ ਵਾਸਤੇ ਲਿਆਂਦੀ ਸੀਗੀ, ਇਹ ਮਿਲ ਗਏ ਨੇ ਤੇ ਇਹਨਾਂ ਨੂੰ ਸ਼ੇਅਰ ਵੀ ਕੀਤੀ ਹੈ, ਬਰਲ ਕਹਿ ਰਹੇ ਨੇ ਥੋੜ੍ਹੀ ਹੈ ਯਾਰ, ਸਾਡੀ ਕਿਸਮਤ 'ਚ ਹੈ ਸੀ ਬੋਤਲ ਅਸੀਂ ਪੀ ਲਈ, ਤੁਸੀਂ ਪੈਸੇ ਲੈ ਲਓ ਜਿਹੜੇ 30 ਲੈਣੇ। ਆ ਸਈਦ ਭਾਈ
ਯਾਰ ਆ ਅਸੀਂ ਕਰ ਰਹੇ ਨੇ ਉਹ ਭਾਈ ਜਾਨ ਅਸੀਂ ਵੀ ਪੀਣੀ ਹੈ ਪੀਓਗੇ ਤੇ ਫੇਈ ਜਾਂਦਾ ਗਲਾਸ ਖੋਲੋ ਉਹ ਭਾਈ ਜਾਨ ਅਸੀਂ ਵੀ ਪੀਣੀ ਹੈ ਓਏ ਗਲਾਸ ਟੁੱਟ ਗਿਆ ਇੱਕ ਗਲਾਸ ਦਿਓ ਭਾਈ ਜਾਨ ਅਸੀਂ ਵੀ ਪੀਣੀ ਹੈ ਸਾਡੇ ਵਾਸਤੇ ਵੀ ਆ ਉਹ ਭਾਈ ਜਾਨ ਤੁਸੀਂ ਆ ਫੜੋ ਤੁਸੀਂ ਆ ਫੜੋ ਮੈਂ ਇੱਕ ਬੋਤਲ ਖੋਲਣਾ ਆ ਉਹ ਸਾਜੀ ਆ ਭਾਈ ਜਾਨ ਬੋਤਲ ਨਹੀਂ ਦੇ ਬੋਤਲ ਖੋ ਬੋਤਲ ਭਾਈ ਜਾਨ ਬੋਤਲ ਨਹੀਂ ਜਾਨ ਅਸੀਂ ਭਾਈ ਜਾਨ ਲਾ ਲੋ ਐ ਕਹਦੀ ਓਏ ਭੈ ਚੋ ਬੋਤਲ ਰੋੜ ਜਾ ਰਹੀ ਆ ਲੰਨ ਵਾਲਾ ਬੋਤਲ ਰੋੜ ਜਾ ਬੋਤਲ ਰਹਿ ਗਈ ਠੀਕ ਹੈ ਆਹ ਤਿੰਨ ਬੰਦਿਆਂ ਨੂੰ ਬੋਤਲ ਪਿਲਾਉਣੀ ਹੈ ਅਸੀਂ ਇਹਨੇ ਪੀਲੀ ਆਹ ਰਹਿ ਗਿਆ ਭਾਈ ਯਾਰ ਆਹ ਬੋਤਲ ਰਹਿ ਗਈ ਯਾਰ ਹੁਣ ਬੋਤਲ ਕਿਹਨੂੰ ਕਿਹਨੂੰ ਪੂਰੀ ਕਰੀਏ ਦੱਸੋ ਯਾਰ ਗਾਇਜ਼ ਦੇਖ ਸਕਦੇ ਹੋ ਮੈਂ ਵੀਡੀਓ ਬਣਾ ਰਿਹਾ ਸੀਗਾ ਇਹਨਾਂ ਨੇ ਮੇਰੇ ਤੋਂ ਪਹਿਲੇ ਦੋਵਾਂ ਬੰਦਿਆਂ ਨੇ ਪੀ ਲਈ ਹੈ ਲਿਆਂਦੀ ਸੀ ਆਪਣੇ ਵਾਸਤੇ ਪਰ ਫਿਰ ਵੀ ਅਸੀਂ ਸ਼ੇਅਰ ਕੀਤੀ ਇਹਨਾਂ ਨੇ ਪਰ ਸਾਡੀ ਮੰਨੀ ਨਹੀਂ ਇਹਨਾਂ ਕੋਲ ਜ਼ਬਰਦਸਤੀ ਬੋਤਲ ਸ਼ੇਅਰ ਵਾਲਾ ਕੰਮ ਹੀ ਨਾ ਕਰੋ ਕਿਸੇ ਨੂੰ ਦਾਵਤ ਨਾ ਦਿਓ ਬਸ ਜ਼ਬਰਦਸਤੀ ਜਿਹੜਾ ਹੁੰਦਾ ਉਹਨੂੰ ਆਣ ਦਿਓ ਕਦੀ ਜਾਣ ਨਾ ਦਿਓ ਹਾਂ ਸਾਡੇ ਮਾਨ ਨੂੰ ਸਾਨੂੰ ਬੁਲਾਇਆ ਇਸਲਾਮਾਬਾਦੋਂ ਆਏ ਆਓ ਯਾਰ ਉਸਤਾਦ ਜੀ ਅੰਬੀਆਂ ਤੋੜਨ ਆਏ ਸੀ ਇਸਲਾਮਾਬਾਦੋਂ ਹਿੱਸਾ ਭਾਈ ਤੁਹਾਨੂੰ ਪੂਰਾ ਹੋ ਗਿਆ ਜੀ ਪੂਰਾ ਹੋ ਗਿਆ ਤੁਹਾਡੇ ਇਹਦੇ ਵੱਲ ਵੀ ਹੋ ਗਿਆ ਯਾਰ ਤੁਸੀਂ ਵੀ ਆਪਣੀ ਥੋੜੀ ਦੇ ਦਿਓ ਭਾਈ ਜਾਨ ਤੂੰ ਘੁੱਟ ਘੁੱਟ ਮੈਨੂੰ ਵੀ ਸ਼ੇਅਰ ਕਰੋ ਘੁੱਟ ਘੁੱਟ ਸਾਨੂੰ ਨਹੀਂ ਦੇਣੀ ਬੋਤਲ ਦੇ ਦਿਓ ਘੁੱਟ ਘੁੱਟ ਕਿਉਂ ਭਾਈ ਜਾਨ ਘੁੱਟ ਘੁੱਟ ਇਹਨਾਂ ਦੇ ਕੰਮ ਵੇਖੋ ਪੀ ਪੂ ਇੰਨੀ ਸਾਰੀ ਬੋਤਲ ਪਈ ਹੈ ਖੜੇ ਵੀ ਅਸੀਂ ਭਾਈ ਅੱਧੀ ਥੱਲੇ ਡੁੱਲੀ ਆ ਯਾਰ ਅੱਧੀ ਭਾਵੇਂ ਥੱਲੇ ਰੁੜੀ ਆ ਮੈਂ ਤੇ ਘੁੱਟ ਨਹੀਂ ਪੀਤਾ ਓਏ ਹੁਣ ਉਹ ਬੰਦਾ ਵੀ ਹਿੱਸਾ ਲੈਣਾ ਆ ਗਿਆ ਵੇਖ ਲਓ ਹੁਣ ਆਹ ਬੰਦੇ ਨੂੰ ਹਿੱਸਾ ਦੇ ਇਹਨਾਂ ਦਾ ਵੱਡਾ ਭਰਾ ਹੁਣ ਅਸੀਂ ਕੀ ਆਖੀਏ ਹੁਣ ਕੁਛ ਵੀ ਨਾ ਪਤਾ ਵਿੱਚ ਥੋੜੀ ਥੋੜੀ ਬੋਤਲ ਭਾਈ ਸਹੀ ਦਾ ਵੱਡਾ ਭਰਾ ਆ ਸਹੀ ਭਾਈ ਇਹ ਤੁਸੀਂ ਇਹਨੇ ਇਦਾਂ ਮੰਨਣਾ ਨਹੀਂ ਹੈਗਾ ਜਦ ਮੈਂ ਪਾ ਕੇ ਦਿਨਾ ਪਾ ਕੇ ਬੋਤਲ ਮੂੰਹ ਨਹੀਂ ਆਈਦਾ ਕਾਫਰ ਲਾਉਂਦੇ ਗਲਾਸ ਚ ਪਾ ਕੇ ਦਿਓ ਕੁਛ ਹੋਰ ਨਾ ਪਾ ਦਿਓ ਨਹੀਂ ਇਹਦਾ ਮਤਲਬ ਗਲਾਸ ਨੂੰ ਕੌਣ ਲਾਉਂਦਾ ਅੱਜ ਥੋੜੀ ਥੋੜੀ ਉਹ ਹੈਲੋ ਭਾਈ ਹੈਲੋ ਕਾਫਰ ਮੂੰਹ ਲਾਗੇ ਨੇ ਕਾਫਰ ਮੂੰਹ ਲਾਗੇ ਨੇ ਭਾਈ ਜਾਨ ਦੇਖ ਲੈ ਜੱਸ ਆ ਗਈ ਉਸਤਾਦ ਜੀ ਇੱਕ ਦਿਨ ਬੋਤਲ ਪਾਈ ਤੂੰ ਸਾਨੂੰ ਕੀ ਕਹਿ ਰਹੇ ਨੇ ਕਾਫਰ ਹਾਂਜੀ ਤੇ ਤੁਹਾਡੀ ਬੋਲ ਨੇ ਜਿਹੜਾ ਬੋਤਲ ਨੂੰ ਮੂੰਹ ਲਾਉਂਦਾ ਉਹ ਕਾਫਰ ਹੈ ਤੁਸੀਂ ਬੁਲਾ ਰਹੇ ਹੋ ਯਾਰ ਬੋਤਲ ਨੂੰ ਤੁਹਾਨੂੰ ਤੁਹਾਡਾ ਹਿੱਸਾ ਪੂਰਾ ਕਰਕੇ ਦਿੱਤਾ ਹੈ ਨਾ ਆ ਵੇਖ ਲੋ ਇਹਨਾਂ ਨੇ ਬੋਲ ਕੇ ਪੂਰਾ ਕੀਤਾ ਹੈ ਸਾਰਿਆਂ ਨੂੰ ਤਾਂ ਵੀ ਕਹਿੰਦੇ ਨੇ ਕਾਫਰ ਸਾਨਾ ਬਹੁਤ ਵੱਡੀ ਨੇ ਤੁਹਾਡੇ ਬੰਦੇ ਦੇ ਕੋਲ ਨੇ ਮੋਤੀ ਪੀ ਗਏ ਇਹਨੂੰ ਬੰਦ ਕਰ ਕੋਈ ਸ਼ਾਰਟ ਚ ਖਣੀ ਬਣਾਈਏ ਠੀਕ ਹੈ ਗਾਇਜ਼ ਬੋਤਲ ਛੋਦਲ ਆਪਾਂ ਵੰਡ ਲਈ ਹੈ ਸਾਰਿਆਂ ਨੂੰ ਠੀਕ ਹੈ ਬਾਕੀ ਸੱਚ ਦੱਸਿਆ ਤੇ ਆਪਣੇ ਪੇਂਡੂ ਵਲੌਗਰ ਦੇ ਆਪਣੀ ਟੀਮ ਹੈ ਠੀਕ ਹੈ ਆਪਣੇ ਮੈਂਬਰ ਨੇ ਸਾਰੇ ਅਸੀਂ ਵੀ ਮੈਂਬਰ ਹੁੰਦੇ ਹਾਂ ਅਸੀਂ ਸਿਰਫ ਇੰਜੋਏ ਵਾਸਤੇ ਇੱਕ ਫਨੀ ਬਣਾਉਣ ਵਾਸਤੇ ਨਾ ਅਸੀਂ ਐਵੇਂ ਮਜ਼ਾਕ ਕੀਤੀ ਸੀਗੀ ਬਾਕੀ ਆਪਣੀ ਜਾਨ ਦੇ ਟੋਟੇ ਨੇ ਆਪਣੇ ਭਰਾ ਨੇ ਸਾਰੇ ਦੇਖ ਸਕਦੇ ਹੋ ਆਹ ਭਾਈ ਦਾ ਨਾਮ ਹਨਾਨ ਭਾਈ ਹੈ ਖੁਰਮ ਭਾਈ ਨੇ ਮਾਨ ਭਾਈ ਨੇ ਵਿਕਾਸ ਭਾਈ ਨੇ ਆਪਣੇ ਮੇਨ ਮੇਨ ਬੰਦੇ ਆਹ ਚਾਰ ਆਪਣੇ ਬੰਦੇ ਨੇ ਅਸੀਂ ਪੰਜ ਟੀਮ ਮੈਂਬਰ ਹਾਂ ਬਾਕੀ ਤੁਹਾਨੂੰ ਪਤਾ ਆਪਣਾ ਪੇਂਡੂ ਵਲੌਗਰ ਫਰੋਮ ਸਾਦਿਕਾਬਾਦ ਜ਼ਿਲ੍ਹਾ ਰੀਮਿਆਰ ਖਾਨ ਦੇ ਹਾਂ ਆਪਾਂ ਠੀਕ ਹੈ ਅਤੇ ਆਪਣੇ ਬਾਕੀ ਯੂਟਿਊਬ ਨੂੰ ਕੀ ਕਰੋ ਭਾਈ ਲਾਈਕ ਕਰੋ ਸ਼ੇਅਰ ਕਰੋ ਅਤੇ ਉਹ ਕੀ ਹੁੰਦੀ ਘੰਟੀ ਘੰਟੀ ਦਬਾਉਣੀ ਲਾਜ਼ਮੀ ਠੀਕ ਹੈ ਬਾਕੀ ਅੱਲਾ ਖੈਰ ਕਰੇ ਅੱਲਾ ਹਾਫਿਜ਼